ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਹਰਜਿੰਦਰ ਸਿੰਘ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਜੋ ਹੜ੍ਹ ਪੀੜਤ ਨੇ ਉਹਨਾਂ ਦੀ ਮਦਦ ਕਰਨ ਦੇ ਲਈ ਪਹੁੰਚੇ ਨੇ। ਸੋ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰੱਖੇ, ਅਤੇ ਕਿਉਂਕਿ ਮੁੜ ਵਸੇਬਾ ਹੋਣਾ ਬਹੁਤ ਵੱਡੀ ਗੱਲ ਹੈ, ਸਮਾਂ ਲੱਗ ਕਾਫੀ ਜ਼ਿਆਦਾ ਜਿਹੜਾ ਹੈ ਹੜ੍ਹ ਪੀੜਤਾਂ ਲਈ ਵੀ ਬਹੁਤ ਸਾਰੀਆਂ ਰਾਹਤ ਸਮੱਗਰੀ ਜਾਂ ਹੋਰ ਮੈਡੀਕਲ ਟੀਮ ਸਾਡੀ ਦਵਾਈਆਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ, ਹੈਲਪ ਕੀਤੀ ਜਾ ਰਹੀ ਹੈ ਸੰਗਤਾਂ ਦੇ ਸਹਿਯੋਗ ਨਾਲ। ਅਤੇ ਆਹ ਵੇਖੋ ਇਹ ਧੰਨ ਨੇ ਲੋਕ ਵਿਚਾਰੇ ਜਿਹੜੇ ਇੱਥੇ ਰਹਿ ਰਹੇ ਨੇ, ਕਿਉਂਕਿ ਇੰਨੇ ਪਾਣੀ ਦੇ ਵਿੱਚ ਕੋਠਿਆਂ ਦੇ ਉੱਤੇ ਆਪਣਾ ਟਾਈਮ ਪਾਸ ਕਰ ਰਹੇ ਜੀ। ਥੈਂਕ ਯੂ ਜੀ, ਥੈਂਕ ਯੂ। ਚਾਹ ਦੀ ਕੋਈ ਲੋੜ? ਹੋਰ ਚੀਜ਼ ਲੋੜ ਜੀ? ਤੁਸੀਂ ਦੱਸੋ ਕੋਈ ਹੋਰ ਚੀਜ਼ ਚਾਹੀਦੀ ਹੈ, ਕੋਈ ਦਵਾਈ ਬੱਚਿਆਂ ਵਾਸਤੇ, ਕੋਈ ਅੱਖ ਕਰਨ ਵਾਸਤੇ? ਹਰ ਇੱਕ ਤਾਂ ਆ ਮੈਗੀਆਂ ਦੇ ਦਿਓ ਜੀ, ਹਰੇ ਤਰ੍ਹਾਂ ਦੀ ਦਵਾਈ ਹੈਗੀ ਜੀ ਆਪਣੀ। ਆ ਮੈਗੀ ਲੈ ਲਓ, ਕੋਈ ਪੇਟ ਦਰਦ ਵਗੈਰਾ ਸੁੱਟਿਓ ਬਾਲਟੀ ਪੰਜਾਬ ਤੁਜੂ ਵਾਸਤੇ ਜੀ। ਅੱਛਾ ਕਿਉਂ ਹੈਗਾ ਜੀ? ਕਿਉਂ ਕਿਉਂ? ਤੇਲ ਤੇਲ ਦੇ ਦਿਓ, ਤੇਲ ਪਾ ਦਿਓ, ਤੇਲ ਦੇ ਦਿਓ, ਤੇਲ ਸਰੋਂ ਦਾ ਆਓ, ਫੇਰ ਫੈਂਡ ਦੇ ਇੱਕ ਚੀਜ਼ ਦੇ ਦਿਓ, ਸਰੋਂ ਦਾ ਚਲੋ ਚਲੋ ਜੀ। ਅੱਛਾ ਜੀ, ਬੇਨਤੀ ਹੈ ਸੰਗਤ ਜੀ, ਇਹ ਜਿਹੜਾ ਪੂਰਾ ਮਾਹੌਲ ਹੈ ਬੜਾ ਦਰਦਨਾਇਕ ਹੈ, ਕਿਉਂਕਿ ਆਮ ਬੰਦੇ ਨੂੰ ਕੀ ਪਤਾ ਹੈ, ਇੱਥੇ ਰਹਿ ਰਹੇ ਨੇ ਵਿਚਾਰੇ, ਉਹਨਾਂ ਨੂੰ ਪਤਾ ਕੀ ਮਾਹੌਲ ਹੈ ਇੱਥੋਂ ਦਾ, ਕੀ ਹਿਸਾਬ ਕਿਤਾਬ ਹੈ, ਸੁੱਕੇ 'ਚ ਰਹਿਣਾ ਬੜਾ ਔਖਾ, ਇੱਥੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ, ਕਿੱਥੇ ਕਿੱਥੇ ਤੱਕ ਪਾਣੀ ਹੈ, ਜਿੱਥੇ ਉੱਤਰ ਗਿਆ ਪਾਣੀ ਇੱਥੋਂ ਵੀ ਉੱਪਰ ਸੀ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਓ ਸੰਗਤ ਜੀ, ਦਿਖਾਉਂਦੇ ਹਾਂ ਸਾਨੂੰ ਇਹ ਵਿਚਾਰਿਆਂ ਦੇ ਘਰ, ਭਾਵੇਂ ਜਿੰਨੇ ਮਰਜ਼ੀ ਉੱਚੇ ਇਹਨਾਂ ਨੇ ਬਣਾਏ ਆ, ਪਰ ਫਿਰ ਵੀ ਪਾਣੀ ਇੱਥੇ ਇੱਥੇ ਤੱਕ ਆਇਆ ਹੋਇਆ ਸੀ ਇਹਨਾਂ ਦੇ ਘਰਾਂ ਦੇ, ਇੱਥੇ ਤੱਕ ਪਾਣੀ ਸੀ, ਹੁਣ ਤਾਂ ਥੱਲੇ ਚਲਿਆ ਗਿਆ, ਹੁਣ ਵੀ ਹੈ ਸਾਰਾ ਕੁਝ, ਵੇਖੋ ਇੰਨਾ ਉੱਚਾ ਕੋਠੀ ਪਾਈ ਹੈ, ਫਿਰ ਵੀ ਕੋਠੀ ਸਾਰੀ ਭਰੀ ਹੋਈ ਸੀ ਪਾਣੀ ਦੀ, ਬੜਾ ਕਹਿ ਦਈਏ ਪੀਣ ਵਾਲਾ ਪਾਣੀ ਆ, ਦੇਖੋ ਕਿਹੋ ਜਿਹਾ ਨਿਕਲਦਾ, ਪੀਣ ਵਾਲਾ ਜਿਹੜਾ ਮੋਟਰ ਦਾ ਪਾਣੀ ਆ ਰਿਹਾ, ਮੋਟਰ ਚਲਾਉਂਦੇ ਨੇ ਮੋਟਰ ਦੇ ਵਿੱਚੋਂ ਆਹ ਪਾਣੀ ਆ ਰਿਹਾ। ਸਾਨੂੰ ਕੀ ਪ੍ਰੋਬਲਮ ਆ ਨੇ ਇੱਥੇ, ਹੁਣ ਸਮੱਸਿਆ ਕੀ ਕੀ ਆ ਰਹੀ ਹੈ, ਬਾਕੀ ਤਾਂ ਸਾਰਾ ਪੰਜਾਬ ਹੀ ਲੱਗਿਆ ਹੋਇਆ ਦੇਖੋ ਸੇਵਾ 'ਤੇ, ਜਿਹੜੇ ਮੇਨ ਪ੍ਰੋਬਲਮ ਆ ਨੇ ਤੁਸੀਂ ਕੀ ਕਹਿਣਾ ਚਾਹੁੰਦੇ, ਵੀ ਤੁਹਾਨੂੰ ਇੱਥੇ ਹੁਣ ਕਿਹੜੀ ਗੱਲ ਦੀ ਚੀਜ਼ ਦੀ ਲੋੜ ਹੈ, ਕਿਸ ਵਸਤੂ ਦੀ ਲੋੜ ਹੈ, ਜਾਂ ਤੁਹਾਨੂੰ ਕੀ? ਸਭ ਤੋਂ ਜ਼ਿਆਦਾ ਤਾਂ ਪਾਣੀ ਦੀ ਪ੍ਰੋਬਲਮ ਆ, ਫਿਰ ਖਾਣ ਪੀਣ ਦੀ ਚੀਜ਼ਾਂ ਦੀ ਵੀ, ਅਤੇ ਚਲੋ ਹੋਰ ਮਾਲ ਡੰਗਰ ਸਕੋ ਤੁਸੀਂ ਤਾਂ ਇਹ ਲਿਆ ਆਪਦੇ, ਬਿਲਕੁਲ ਕੀ ਹਾਲਤ ਹੋਈ ਆ, ਬਿਲਕੁਲ ਜੀ ਬਿਲਕੁਲ। ਆਹ ਪਾਣੀ ਦੇਖੋ ਜੀ, ਪਾਣੀ ਦਾ ਬੁਰਾ ਹਾਲ ਹੈ, ਆਹ ਪਾਣੀ ਸੰਗਤ ਜੀ, ਇਹ ਧਰਤੀ ਦੇ ਵਿੱਚ ਮੋਟਰਾਂ ਚਲਾਉਂਦੇ ਨੇ, ਦੇਖੋ ਆਹ ਗੰਦਾ ਪਾਣੀ ਆ ਰਿਹਾ, ਬਿਲਕੁਲ ਗੰਦਾ ਪਾਣੀ, ਦੇਖੋ ਇਹ ਧੰਨ ਨੇ ਵਿਚਾਰੇ ਜਿਹੜੇ ਇੱਥੇ ਫਿਰ ਵੀ ਰਹਿ ਕੇ ਟਾਈਮ ਪਾਸ ਕਰ ਰਹੇ ਨੇ, ਸਤਿਗੁਰੂ ਦਾ ਭਾਣਾ ਮੰਨ ਰਹੇ ਨੇ। ਅੱਜ ਸਾਡੀ ਟੀਮ ਵਿਰਸਾ ਸੰਭਾਲ ਗੁਰਮਤ ਪ੍ਰਚਾਰ ਸੁਸਾਇਟੀ ਇਹਨਾਂ ਹੜ੍ਹ ਪੀੜਤਾਂ ਤੱਕ ਪਹੁੰਚੀ ਆ, ਦਵਾਈਆਂ ਲੈ ਕੇ, ਰਾਸਣ ਲੈ ਕੇ, ਆਜੋ ਜੀ ਆਜੋ, ਇੱਧਰ ਨਾ ਜਾਓ ਕਿਤੇ, ਤਿਲਕ ਜਾਓ ਵੀਰੇ, ਦੇਖਿਓ।